ਇਨੋਵੇਟਿਵ ਆਰਟ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਕਰਨਵੀਰ ਸਿੰਘ ਵੱਲੋਂ ਪਹਿਲੀ ਸਤਿ ਸ਼੍ਰੀ ਅਕਾਲ। ਜਿਵੇਂ ਕਿ ਕੋਸ਼ਿਸ਼ ਹੁੰਦੀ ਹੈ ਮੇਰੀ ਕਿ ਕੋਈ ਨਾ ਕੋਈ ਵਧੀਆ ਵੀਡੀਓ ਜਿਹੜੀ ਖੇਤੀ ਨਾਲ ਜੁੜੀ ਹੋਈ ਅਸੀਂ ਲੈ ਕੇ ਆਈਏ, ਅਤੇ ਹੁਣ ਜਿਹੜਾ ਲੋਕਡਾਊਨ ਹੋਇਆ ਹੋਇਆ ਤਾਂ ਕਰਕੇ ਥੋੜ੍ਹਾ ਜਿਹਾ ਗਰੋਥ ਆਈ ਹੋਈ ਹੈ, ਪਰ ਫਿਰ ਵੀ ਫਾਰਮਿੰਗ ਆ ਉਹ ਲਗਾਤਾਰ ਚੱਲਦੀ ਹੈ। ਅਤੇ ਜੇਕਰ ਹੁਣ ਮਈ ਮਹੀਨੇ ਦੀ ਗੱਲ ਕਰੀਏ ਤਾਂ ਕਈ ਫਸਲਾਂ ਉਗਾਈਆਂ ਜਾਣੀਆਂ ਨੇ, ਕਣਕ ਵੱਢੀ ਗਈ ਹੈ, ਅਤੇ ਉਹ ਤੋਂ ਬਾਅਦ ਕਿਸਾਨਾਂ ਨੂੰ ਹੁੰਦਾ ਵੀ ਕੀ ਉਸ ਨਵਾਂ ਬੀਜੀਏ। ਅਤੇ ਮੈਂ ਹੁਣ ਨਰਿੰਦਰ ਸਿੰਘ ਨੀਟਾ ਵੀਰ ਜੀ ਜੋ ਝਾੜ ਸਾਹਿਬ ਦੇ ਸਰਪੰਚ ਨੂੰ ਦੇ ਫਾਰਮ 'ਤੇ ਆਇਆ ਹੋਇਆ। ਇਹਨਾਂ ਦੀ ਪਹਿਲਾਂ ਵੀ ਇੱਕ ਆਪਾਂ ਵੀਡੀਓ ਮੈਂ ਕਰਕੇ ਗਿਆ ਸੀ ਜਿਹਦੇ ਵਿੱਚ ਇਹਨਾਂ ਦੇ ਅਮਰੂਦ ਬਾਰੇ, ਕੇਲੇ ਬਾਰੇ, ਅਤੇ ਇਸ ਤੋਂ ਇਲਾਵਾ ਜਿਹੜੀ ਇਹਨਾਂ ਨੇ ਹੋਰ ਫਸਲਾਂ ਉਗਾਈਆਂ ਹੋਈਆਂ ਸੀਗੀਆਂ, ਨਿੰਬੂ ਦਾ ਬਾਗ ਲਾਇਆ ਉਹਦੇ ਬਾਰੇ ਗੱਲਬਾਤ ਕੀਤੀ ਸੀ। ਅਤੇ ਹੁਣ ਦੇਖਿਆ ਮੈਂ ਜਿਹੜਾ ਫਾਰਮ ਦੇ ਵਿੱਚ ਖੜ੍ਹਾ ਤਾਂ ਨਿੰਬੂ ਦੇ ਨਾਲ ਨਾਲ ਨਿੰਬੂਆਂ ਦੀ ਵੀਡੀਓ ਵੀ ਦਿਖਾਵਾਂਗੇ। ਸਭ ਤੋਂ ਪਹਿਲਾਂ ਅਮਰੂਦ ਤੁਹਾਨੂੰ ਦਿਖਾਉਂਦੇ ਹਾਂ, ਅਤੇ ਅਮਰੂਦ ਇੱਥੇ ਮੈਂ ਉਗਾਏ ਹੋਏ ਨੇ ਨਰਿੰਦਰ ਜੀ ਉਹਨਾਂ ਨੇ। ਅਤੇ ਪਹਿਲੀ ਵੀਡੀਓ ਦੇ ਵਿੱਚ ਜਿਹੜਾ ਆਪਾਂ ਦੇਖਿਆ ਸੀ ਛੋਟੇ ਸੀਗੇ ਅਮਰੂਦ ਅਤੇ ਫਲਾਵਰਿੰਗ ਨਹੀਂ ਸੀ, ਪਰ ਹੁਣ ਜਿਹੜੇ ਹਾਈ ਡੈਂਸਿਟੀ 'ਤੇ ਇਹ ਬੂਟੇ ਲਾਏ ਗਏ ਸੀ, ਫਾਸਲਾ ਬਹੁਤ ਘੱਟ ਰੱਖਿਆ ਗਿਆ ਸੀ, ਅਤੇ ਹੁਣ ਜਦੋਂ ਇਹਨਾਂ ਨੂੰ ਝਾੜ ਦੀ ਗੱਲ ਕਰੀਏ ਤਾਂ ਫਲਾਵਰਿੰਗ ਦੀ ਗੱਲ ਕਰੀਏ ਤਾਂ ਦੇਖ ਸਕਦੇ ਹੋ ਕਿ ਬਹੁਤ ਜ਼ਿਆਦਾ ਜਿਹੜੇ ਫੁੱਲ ਆਏ ਹੋਏ ਨੇ। ਅਤੇ ਉਹਦੇ ਨਾਲ ਵਿੱਚ ਇਹਨਾਂ ਨੇ ਬੀਜਿਆ ਹੋਇਆ ਪਿਆਜ਼, ਅਤੇ ਪਿਆਜ਼ ਵੀ ਕਹਿ ਦਈਏ ਵੀ ਬਹੁਤ ਸੋਹਣਾ, ਤੁਸੀਂ ਦੇਖ ਸਕਦੇ ਵੀ ਦੇਖੋ ਕੀ ਹਿਸਾਬ ਕਿਤਾਬ ਹੈ। ਆਹ ਦਿਖਾਇਓ ਜੀ, ਲਓ ਹੁਣ ਇਹ ਉਹ ਪਿਆਜ਼ ਆ, ਇਹਨੂੰ ਆਪਾਂ ਔਰਗੈਨਿਕ ਪਿਆਜ਼ ਇੱਕ ਤਰੀਕੇ ਨਾਲ, ਕਿਉਂਕਿ ਖੇਤ ਦੇ ਵਿੱਚ ਕਿਸੇ ਤਰੀਕੇ ਦਾ ਕੋਈ ਕੈਮੀਕਲ ਨਹੀਂ ਪਾਇਆ ਗਿਆ, ਕੋਈ ਕਿਸੇ ਤਰ੍ਹਾਂ ਦੇ ਟੀਕੇ ਲਾ ਕੇ ਇਹਨਾਂ ਨੂੰ ਮੋਟਾ ਨਹੀਂ ਕੀਤਾ ਗਿਆ, ਤਾਂ ਕੁਦਰਤੀ ਤਰੀਕੇ ਨਾਲ ਜਿਹੜਾ ਸਾਰਾ ਗਰੋ ਅਪ ਹੋਇਆ ਹੋਇਆ। ਅਤੇ ਹਰ ਇਹ ਕੋਈ ਇਹ ਨਹੀਂ ਹੈਗਾ ਵੀ ਇੱਕ ਪਿਆਜ਼ ਤੁਹਾਨੂੰ ਜਿਹੜਾ ਪੱਟ ਕੇ ਦਿਖਾਤਾ, ਬਾਕੀ ਸਾਰੇ ਪਿਆਜ਼ ਆਪਾਂ ਦੇਖ ਸਕਦੇ ਇੱਕ ਤੋਂ ਇੱਕ ਹੈ, ਤਾਂ ਕੋਈ ਨਹੀਂ ਜੀ ਕਾਹਨੂੰ ਕੱਢਣਾ ਆਪਾਂ ਨੇ, ਅਤੇ ਸਾਰਿਆਂ ਦੇ ਸਾਈਜ਼ ਇੱਕ ਬਰਾਬਰ ਹੈ। ਅਤੇ ਮੇਰੇ ਨਾਲ ਨਰਿੰਦਰ ਜੀ ਨੇ, ਮੇਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅਤੇ ਪਹਿਲਾਂ ਆਪਾਂ ਵੀਡੀਓ ਕਰਕੇ ਗਏ ਸੀ ਉਦੋਂ ਤੁਹਾਡੇ ਜਿਹੜੇ ਅਮਰੂਦ ਨੇ ਹਜੇ ਉਨੇ ਗਰੋ ਅਪ ਨਹੀਂ ਹੋਏ ਸੀਗੇ, ਪਰ ਫਿਰ ਵੀ ਬਹੁਤ ਹੁਣ ਇਹਦੀ ਗਰੋਥ ਹੈ ਜਿਹੜੀ ਉਹ ਹੋ ਗਈ ਹੈ। ਅਤੇ ਕੀ ਕਹੂੰਗੇ ਫਸਲ ਦੇ ਬਾਰੇ, ਕੋਈ ਕਿਸੇ ਤਰੀਕੇ ਦੀ ਬਿਮਾਰੀ ਠਮਾਰੀ ਤਾਂ ਨਹੀਂ ਉਹ ਤੋਂ ਬਾਅਦ ਪਈ ਹੈ? ਨਹੀਂ, ਕੋਈ ਬਿਮਾਰੀ ਠਮਾਰੀ ਨਹੀਂ ਜੀ ਪਈ ਹੈਗੀ, ਬਾਕੀ ਤੁਹਾਡੇ ਸਾਹਮਣੇ ਹੈ ਵੀ ਗਰੋਥ ਬਹੁਤ ਜ਼ਿਆਦਾ ਹੋਈ ਵੀ ਹੈ, ਬਹੁਤ ਵਧੀਆ ਗਰੋਥ ਹੋਈ ਵੀ ਹੈ ਜੀ। ਤਾਂ ਤੁਸੀਂ ਦੇਖ ਸਕਦੇ ਹੋ ਵੀ ਫਲਾਵਰਿੰਗ ਕਿੰਨੀ ਹੈਗੀ, ਤਕਰੀਬਨ ਜੇ ਆਪਾਂ ਇੱਕ ਬੂਟੇ 'ਤੇ ਮੰਨੀਏ ਤਕਰੀਬਨ ਮੇਰੇ ਖਿਆਲ 'ਚ ਵੀ 100-150 ਅਮਰੂਦ ਬਣੂਗਾ ਸੀ, ਪਰ ਲੇਕਿਨ ਆਪਾਂ ਨਾ ਇਹਦੇ ਵਿੱਚੋਂ ਤੋੜ ਦੇਵਾਂਗੇ ਕੁਛ ਅਮਰੂਦ, ਇਹ ਇੱਕ ਸਿਲੈਕਟਡ ਅਮਰੂਦ ਰੱਖਾਂਗੇ ਕਿਉਂਕਿ ਹਜੇ ਬੂਟਾ ਛੋਟਾ ਹੈਗਾ ਅਤੇ ਇੰਨਾ ਭਾਰ ਨਹੀਂ ਇਹਦਾ ਸਹਿਣ ਕਰ ਸਕਦਾ, ਅਤੇ ਬਹੁਤ ਵਧੀਆ ਗਰੋਥ ਦਾ ਹਾਈ ਡੈਂਸਿਟੀ 'ਤੇ ਲੱਗਿਆ ਹੋਇਆ ਹੈਗਾ, ਤੁਹਾਨੂੰ ਪਹਿਲਾਂ ਵੀ ਦੱਸਿਆ ਹੀ ਸੀਗਾ ਜੀ ਜੀ। ਅਤੇ ਫਿਰ ਅਸੀਂ ਇੰਟਰਕ੍ਰੋਪਿੰਗ ਕਰਤੀ ਸੀਗੀ ਪਿਆਜ਼ ਦੀ, ਅਤੇ ਪਿਆਜ਼ ਤੁਸੀਂ ਦੇਖ ਹੀ ਲਿਆ, ਇਹ ਕਿਹੜੀ ਵਰਾਇਟੀ ਹੈ ਜੀ ਪਿਆਜ਼ ਦੀ, ਕਿਤੇ ਤਾਂ ਨਹੀਂ ਵਰਾਇਟੀ ਕਰਕੇ ਕਿਉਂਕਿ ਹਾਈਬ੍ਰਿਡ ਬੀਜ ਹੁੰਦਾ ਉਹਦੇ ਕਰਕੇ ਵਜ੍ਹਾ ਕਰਕੇ ਜਾਂ ਕਿਵੇਂ ਕੀ? ਇਹ ਆਪਣੇ ਪੰਜਾਬ ਯੂਨੀਵਰਸਿਟੀ ਦੀ ਜੀ PRO 6 ਹੈ ਜੀ ਇਹ, ਠੀਕ ਹੈ। ਅਤੇ ਇਹ ਵਰਾਇਟੀ ਤੁਸੀਂ ਦੇਖ ਸਕਦੇ ਹੋ, ਅਤੇ ਹੁਣ ਨਾ ਅਸੀਂ ਇਹਨੂੰ ਮਚਿਓਰ ਕਰਨ ਵਾਸਤੇ ਪਕਾਉਣ ਵਾਸਤੇ, ਜੇ ਇਹਦੀਆਂ ਭੂਕਾਂ ਇੱਥੋਂ ਤੁਸੀਂ ਦੇਖ ਹੀ ਰਹੇ ਹੋ ਜੀ ਜੀ, ਤੋੜੀ ਅਸੀਂ ਵਿਛਾਈਆਂ ਹੋਈਆਂ ਨੇ ਢੋਲ ਦੇ ਸਹਾਰੇ ਨਾਲ ਅਸੀਂ ਵਿਛਾਤੀਆਂ ਸੀਗੀਆਂ ਇਹ, ਅਤੇ ਹੁਣ ਤਕਰੀਬਨ ਇਹ 10-15 ਦਿਨ ਇੱਦਾਂ ਹੀ ਖੇਤ 'ਚ ਰਹਿਣਗੀਆਂ, ਠੀਕ ਹੈ। ਉਹਦੇ ਬਾਅਦ 'ਚ ਆਪਾਂ ਇਹਨੂੰ ਪੱਟ ਲਵਾਂਗੇ, ਪੱਟ ਜਦ ਤੱਕ ਇਹ ਪੂਰਾ ਮਚਿਓਰ ਹੋ ਜਾਏਗਾ। ਇਹ ਤੁਸੀਂ ਲਾਇਆ ਕਦੋਂ ਸੀ ਪਿਆਜ਼ ਇਹ? ਲਾਇਆ ਸੀਗਾ ਜੀ ਆਪਾਂ ਨੇ ਜਨਵਰੀ ਦੇ ਵਿੱਚ ਲਾਇਆ ਸੀਗਾ ਜੀ, ਜਨਵਰੀ 'ਚ ਲਾਇਆ ਸੀ, ਯਾਨੀ ਕਿ ਮਈ ਦੇ ਵਿੱਚ ਤੁਹਾਡਾ ਤੋੜਨ ਲਾਇਕ ਹੋ ਗਿਆ? ਹਾਂਜੀ, ਪੂਰਾ ਹੋ ਗਿਆ ਜੀ, ਤਿਆਰ ਹੋ ਗਿਆ ਇਹ, ਠੀਕ ਹੈ, 5 ਮਹੀਨੇ 'ਚ, ਲੇਕਿਨ 10 ਦਿਨ ਹੋਰ ਲਊਗਾ ਇਹ, ਠੀਕ ਹੈ। 5 ਓਵਰਆਲ 5 ਮਹੀਨੇ ਆਪਾਂ ਕਰ ਸਕੀਏ ਲਾਉਣ ਤੋਂ ਲੈ ਕੇ ਪੱਟਣ ਤੱਕ? ਹਾਂਜੀ ਹਾਂਜੀ। ਅਤੇ ਕਿਸੇ ਤਰੀਕੇ ਦੀ ਕੋਈ ਬਿਮਾਰੀ ਠਮਾਰੀ ਅਤੇ ਇਹਨੂੰ ਇੰਨਾ ਗਰੋ ਅਪ ਕਰਨ ਦੇ ਲਈ ਤੁਸੀਂ ਔਰਗੈਨਿਕ ਕਿਹੜੀਆਂ ਕਿਹੜੀਆਂ ਚੀਜ਼ਾਂ ਜਿਹੜੀਆਂ ਵਰਤੀਆਂ ਨੇ ਇਹਦੇ ਵਿੱਚ ਜੀ? ਪਹਿਲਾਂ ਤਾਂ ਸਭ ਤੋਂ ਪਹਿਲਾਂ ਅਸੀਂ ਬੈੱਡ ਤਿਆਰ ਕਰਕੇ ਅਤੇ ਫਿਰ ਅਸੀਂ ਬੈਸਟ ਡੀਕੰਪੋਜ਼ਰ ਦੇ ਨਾਲ ਨਾ ਰੂੜੀ ਤਿਆਰ ਕੀਤੀ ਸੀਗੀ। ਅੱਛਾ ਜੀ। ਅਤੇ ਉਹ ਤਕਰੀਬਨ ਜਿਹੜੀ ਰੂੜੀ ਸੀ ਅਸੀਂ ਉਹ 30 ਦਿਨਾਂ ਦੇ ਵਿੱਚ ਤਿਆਰ ਕਰ ਲਈ ਸੀ, ਅਤੇ ਤਿਆਰ ਕਰਕੇ ਪੂਰੇ ਬੈੱਡ 'ਤੇ ਇੱਕੋ ਜਿਹੀ ਵਿਛਾ ਕੇ ਅਤੇ ਉਸ ਤੋਂ ਬਾਅਦ ਅਸੀਂ ਪਨੀਰੀ ਲਾਈ ਸੀ, ਠੀਕ ਹੈ। ਪਨੀਰੀ ਲਾਉਣ ਤੋਂ ਬਾਅਦ ਫਿਰ ਅਸੀਂ ਵੈਸਟ ਡੀਕੰਪੋਜ਼ਰ ਦਾ ਘੋਲ ਅਤੇ ਪਾਣੀ ਦੇ ਨਾਲ ਇਹਨੂੰ ਦਿੰਦੇ ਰਹੇ ਹਾਂ, ਜੀਵ ਅੰਮ੍ਰਿਤ ਵੀ ਦਿੰਦੇ ਰਹੇ ਹਾਂ। ਉਹ ਜੀਵ ਅੰਮ੍ਰਿਤ 'ਤੇ ਕਿਵੇਂ? ਵੀ ਪਾਣੀ ਜਦੋਂ ਤੁਸੀਂ ਖੇਤ ਨੂੰ ਪਾਣੀ ਲਾਇਆ ਜਦੋਂ ਉਹਦੇ ਵਿੱਚ ਮਿਕਸ ਕਰਕੇ, ਉਹਦੇ ਵਿੱਚ ਮਿਕਸ ਕਰਕੇ ਇੱਕ ਡਰੰਮ ਦੇ ਟੂਟੀ ਲਾ ਕੇ ਨਾ ਉਹਦੇ ਥਰੂ ਅਸੀਂ ਦਿੰਦੇ ਰਹੇ ਹਾਂ ਇਹਨੂੰ। ਜਿਹਨੂੰ ਆਪਾਂ ਉਦਾਂ ਦੀ ਕੀ ਇਹਨੂੰ ਸਪਰੇਅ ਦੇ ਰਾਹੀਂ ਦਿੱਤਾ ਜਾ ਸਕਦਾ? ਸਪਰੇਅ ਰਾਹੀਂ ਦਿੱਤਾ ਜਾ ਸਕਦਾ, ਪਰ ਇੰਨਾ ਕੋਈ ਫਾਇਦਾ ਨਹੀਂ ਹੁੰਦਾ ਸਪਰੇਅ ਨਾਲ, ਠੀਕ ਹੈ। ਅਤੇ ਲੇਕਿਨ ਅਸੀਂ ਪਾਣੀ ਦੇ ਨਾਲ ਵਹਾਏਂਗੇ ਆ, ਠੀਕ ਹੈ। ਅਤੇ ਸਪਰੇਅ ਦੇ ਨਾਲ ਵੈਸਟ ਡੀਕੰਪੋਜ਼ਰ ਦਾ ਬਹੁਤ ਕਾਫੀ ਫਾਇਦਾ ਹੁੰਦਾ ਅਤੇ ਜੀਵ ਅੰਮ੍ਰਿਤ ਦਾ ਵੀ ਫਾਇਦਾ ਹੁੰਦਾ, ਪਰ ਲੇਕਿਨ ਜੇ ਆਪਾਂ ਜ਼ਮੀਨ ਦੇ ਵਿੱਚ ਵਹਾਈਏ ਤਾਂ ਜ਼ਮੀਨ ਦੀ ਜਿਹੜੀ ਉਪਜਾਊ ਸ਼ਕਤੀ ਵਧਾਉਂਦਾ ਹੈਗਾ, ਇਹ ਬੈਕਟੀਰੀਆ ਦੀ ਗਿਣਤੀ ਵਧਾਉਂਦਾ ਹੈਗਾ। ਬਾਕੀ ਇਹ ਕਿ ਪਾਣੀ ਜਿਵੇਂ ਇੱਕ ਤਰ੍ਹਾਂ ਦਾ ਵੀ ਫਿਲਟਰ ਹੋ ਜਾਂਦਾ, ਤੁਹਾਡੇ ਖੇਤ 'ਚ ਪਾਣੀ ਨਹੀਂ ਰੁਕਦਾ ਹੈਗਾ, ਠੀਕ ਹੈ। ਸਭ ਤੋਂ ਵੱਡੀ ਸਮੱਸਿਆ ਆਪਣੀ ਪੰਜਾਬ ਦੇ ਵਿੱਚ ਕੀ ਹੈ, ਅਸੀਂ ਫਲੱਡ ਐਲੀਗੇਸ਼ਨ ਕਰਦੇ ਹਾਂ ਅਤੇ ਉਹਦੇ ਨਾਲ ਪਾਣੀ ਰੁਕ ਜਾਂਦਾ, ਜਦੋਂ ਪਾਣੀ ਰੁਕਦਾ ਹੈਗਾ ਅਤੇ ਬੂਟੇ ਦੀ ਨਾ ਗਰੋਥ ਰੁਕ ਜਾਂਦੀ ਹੈ ਜੀ। ਜਿਵੇਂ ਆਪਣੀ ਪੰਜਾਬੀਆਂ ਦੀ ਕਹਾਵਤ ਹੈ ਕਿ ਪਹਿਲਾਂ ਤਾਂ ਅਸੀਂ ਰਜਾਰ ਜਾਂ ਬੰਦੇ ਨੂੰ ਮਾਰ ਦਿੰਦੇ ਹਾਂ ਅਤੇ ਬਾਅਦ 'ਚ ਸੋਕਾ ਲਾ ਕੇ ਵੀ ਮਾਰ ਦਿੰਦੇ ਹਾਂ। ਸਹੀ ਗੱਲ। ਅਤੇ ਫਿਰ ਇਹਨੂੰ ਪਾਣੀ
ਤੇ ਤਕਰੀਬਨ ਜਿਵੇਂ ਚਾਹੁੰਦੇ ਸੀ ਅਸੀਂ ਇੱਕ ਦੇਖ ਲੈਂਦੇ ਸੀਗੇ ਕਿ ਹਾਂ ਚਾਹੀਦਾ ਇਹਨੂੰ ਨੀਚੇ ਖੋਦ ਕੇ ਇਹਨੂੰ ਤੇ ਜੇ ਨਮੀ ਬਰਕਰਾਰ ਹੈਗੀ ਤਾਂ ਜ਼ਰੂਰਤ ਨਹੀਂ ਤੇ ਬਾਅਦ 'ਚ ਜਦੋਂ ਹੁਣ ਇਹਦੇ ਗੱਠੀ ਬਣਨ ਲੱਗੀ ਹੈ ਉਦੋਂ ਥੋੜ੍ਹੀ ਜਿਹੀ ਸਾਨੂੰ ਪਾਣੀ ਦੀ ਜ਼ਰੂਰਤ ਪਈ ਹੈਗੀ ਕਿਉਂਕਿ ਗਰਮੀ ਵੀ ਸਟਾਰਟ ਹੋ ਗਈ ਸੀ ਅਤੇ ਇੱਕ ਆਮ ਹੁੰਦਾ ਵੀ ਕਿਸਾਨਾਂ ਨੂੰ ਨਾ ਖੇਤ ਦੇ ਵਿੱਚ ਡੀਲਾ ਹੋ ਗਿਆ ਘਾਹ ਫੂਸ ਹੋ ਗਿਆ ਕੱਖ ਹੋ ਗਿਆ ਇਹਨੂੰ ਪੱਟਣ ਦੀ ਗੋਡੀਆਂ ਕਰਨ ਦੀ ਬਹੁਤ ਜ਼ਿਆਦਾ ਖਰਚਾ ਆਉਂਦਾ ਪਰ ਤੁਹਾਡੇ ਖੇਤ ਦੇ ਵਿੱਚ ਕਹਿ ਦਈਏ ਵੀ ਇਹ ਹੁਣ ਦੇਖਣ ਨੂੰ ਚੰਗਾ ਜਿਹਾ ਹੀ ਲੱਗਣ ਲੱਗ ਗਿਆ ਕੋਈ ਖਰਾਬ ਜਿਹਾ ਨਹੀਂ ਲੱਗ ਰਿਹਾ ਇਹਦਾ ਫਿਰ ਕਿੰਨਾ ਮੈਂ ਤੁਹਾਨੂੰ ਇਹ ਦੱਸਦਾ ਜੀ ਲੋਕ ਤਾਂ ਇਹਨੂੰ ਕਹਿੰਦੇ ਵੀ ਇਹਨੇ ਜੰਗਲ ਬਣਾ ਲਿਆ ਪਰ ਮੈਂ ਜੰਗਲ ਖੇਤੀ ਕਰਕੇ ਖੁਸ਼ ਹੈਗਾ ਕਿਉਂਕਿ ਤੁਸੀਂ ਜੰਗਲ ਦੇ ਵਿੱਚ ਦੇਖੋ ਜਿਹੜੇ ਕੁਦਰਤ ਦੇ ਨਾਲ ਜੰਗਲ ਨੇ ਉਹਦੇ ਵਿੱਚ ਕੋਈ ਪਾਣੀ ਨਹੀਂ ਦੇਣ ਵਾਲਾ ਕੋਈ ਉਹਨੂੰ ਰਿਓ ਨਹੀਂ ਦੇਣ ਵਾਲਾ ਕੋਈ ਸਪਰੇਅ ਨਹੀਂ ਕਰਨ ਵਾਲਾ ਕਿ ਉਹ ਕਿੰਨੇ ਕਿੰਨੇ ਪੇੜ ਗਰੋ ਨਹੀਂ ਕਰ ਰਹੇ ਠੀਕ ਹੈ ਅਸੀਂ ਥੋੜ੍ਹਾ ਜਿਹਾ ਜੇ ਕੁਦਰਤ ਦੇ ਨਾਲ ਮਿਲ ਕੇ ਚੱਲਾਂਗੇ ਨਾ ਤਾਂ ਅਸੀਂ ਸੁੱਖ ਪਾਵਾਂਗੇ ਸਹੀ ਗੱਲ ਤੇ ਇਹ ਫਿਰ ਤੁਹਾਡੇ ਜਿਹੜੇ ਅਮਰੂਦ ਨੇ ਇਹਨਾਂ ਉੱਤੇ ਵੀ ਤਾਂ ਨਹੀਂ ਕੋਈ ਸਪਰੇਅ ਦੇ ਉੱਤੇ ਵੀ ਤੁਸੀਂ ਜਿਹੜਾ ਕਰਨਾ ਇਹਦੇ ਉੱਪਰ ਵੇਸਟ ਡੀਕੰਪੋਜ਼ ਗਰੋਥ ਪ੍ਰਮੋਟਰ ਜੋ ਇਹਦੇ ਨਾਲ ਪਿਆਜ਼ਾਂ ਦੇ ਨਾਲ ਇਹਨਾਂ ਨੂੰ ਹੁੰਦਾ ਰਿਹਾ ਹੈਗਾ ਪੈਂਦਾ ਰਿਹਾ ਤੇ ਨਾਲ ਇਹਨਾਂ ਨੂੰ ਸਪਰੇਅ ਵੀ ਉਸੇ ਤਰ੍ਹਾਂ ਕਰਦੇ ਰਹੇ ਹਾਂ ਅਸੀਂ ਨਾਲ ਦੀ ਨਾਲ ਹੀ ਇਹ ਵੈਰਾਈਟੀ ਕਿਹੜੀ ਤੁਸੀਂ BNR ਹੈ BNR ਤੇ ਦੇਖ ਸਕਦੇ BNR ਜਿਹੜੀ ਵੈਰਾਈਟੀ ਹੈ ਅਮਰੂਦ ਦੀ ਹੈ ਫਲਾਵਰਿੰਗ ਦੇਖੋ ਫਲਾਵਰਿੰਗ ਦੇਖ ਕੇ ਜਿਹੜੀ ਰੂਹ ਖੁਸ਼ ਹੁੰਦੀ ਹੈ ਤੇ ਪਰ ਇਸ ਵਾਰ ਆਪਾਂ ਅਮਰੂਦ ਨਹੀਂ ਖਾ ਸਕਦੇ ਨਾ ਤੋਂ ਲੈ ਕੇ ਵੀਰ ਜੀ ਉਹਨਾਂ ਤੋਂ ਕਿਉਂਕਿ ਇਸ ਵਾਰ ਸਾਰੇ ਜਿਹੜੇ ਫਲਾਵਰ ਨੇ ਅਤੇ ਫਲ ਤੋੜਨਾ ਪੈਣਾ ਕੁਝ ਕੁ ਰੱਖ ਕੇ ਤਾਂ ਜੋ ਅਗਲੇ ਵਾਰ ਜਿਹੜਾ ਬੂਟਾ ਆ ਹੋਰ ਜ਼ਿਆਦਾ ਗਰੋ ਕਰ ਸਕੇ ਪਿਆਜ਼ ਦੀ ਖੇਤੀ ਵੀ ਅਕਸਰ ਲਾਹੇਵੰਦ ਹੈ ਪਰ ਬਹੁਤੇ ਕਿਸਾਨ ਇਹਨੂੰ ਆਮ ਜੀ ਖੇਤੀ ਮੰਨਦੇ ਨੇ ਤਾਂ ਕਰਕੇ ਇਹਨੂੰ ਐਜ਼ ਅ ਕਮਰਸ਼ੀਅਲੀ ਹੋਰਾਂ ਫਸਲਾਂ ਵਾਂਗੂ ਗਰੋ ਨਹੀਂ ਕਰਦੇ ਪਰ ਜੇ ਅਗਰ ਅੰਦਾਜ਼ਾ ਲਾਇਆ ਜਾਵੇ ਸਹੀ ਰੇਟ ਰਹੇ ਤਾਂ 100 ਕੁਇੰਟਲ ਦੇ ਕਰੀਬ ਕਿਹਾ ਜਾਂਦਾ ਕਿ ਜਿਹੜਾ ਪਿਆਜ਼ ਆ ਉਹ ਕਿੱਲੇ ਦੇ ਵਿੱਚੋਂ ਨਿਕਲ ਆਉਂਦਾ ਸੋ ਇਨਕਮ ਹੈ ਜਿਹੜੀ ਉਹ ਆਲੂਆਂ ਤੋਂ ਉੱਤੇ ਵੀ ਪਹੁੰਚ ਸਕਦੀ ਹੈ ਸੋ ਕੰਮ ਕੋਈ ਵੀ ਹੈ ਜੇਕਰ ਆਪਾਂ ਤਰੀਕੇ ਨਾਲ ਕਰੀਏ ਉਹਦੀ ਮੰਡੀਕਰਨ ਸਹੀ ਹੋ ਜਾਵੇ ਤਾਂ ਆਪਾਂ ਉਹ ਤੋਂ ਚੰਗੀ ਇਨਕਮ ਲੈ ਸਕਦੇ ਹਾਂ ਕਿਉਂਕਿ ਜੇਕਰ ਆਲੂਆਂ ਦੀ ਗੱਲ ਕਰਦੇ ਹਾਂ ਤਾਂ ਉਹਦੇ ਵਿੱਚ ਤੁਹਾਨੂੰ ਖਰਚਾ ਬਹੁਤ ਕਰਨਾ ਪੈਂਦਾ ਪਰ ਪਿਆਜ਼ ਦੇ ਵਿੱਚ ਇੰਨਾ ਨਹੀਂ ਫਿਲਹਾਲ ਗੋਡੀਆਂ ਦਾ ਤਾਂ ਥੋੜ੍ਹੀ ਬਹੁਤੀ ਮਿਹਨਤ ਹੈ ਸੋ ਮਿਹਨਤ ਦੇ ਨਾਲ ਹੀ ਹੈ ਜਿਹੜਾ ਤੁਸੀਂ ਇਨਕਮ ਲੈ ਸਕਦੇ ਹੋ ਇਹ ਤੁਸੀਂ ਕਹੋ ਵੀ ਰੇਹਾਂ ਸਪਰੇਹਾਂ ਪਾ ਦਿਉ ਜੀ ਇੱਦਾਂ ਕਰ ਦਿਉ ਫਿਰ ਕਿਤੇ ਨਾ ਕਿਤੇ ਜੀ ਫਿਰ ਰੱਬ ਜਿਵੇਂ ਕਹਿ ਦਈਏ ਕਰੋਨਾ ਵਾਇਰਸ ਭੇਜ ਦਿੰਦਾ ਤਾਂ ਇੱਦਾਂ ਕੋਈ ਨਾ ਕੋਈ ਸੁੰਡੀ ਜ਼ਰੂਰ ਭੇਜ ਹੀ ਦਿੰਦਾ ਅਤੇ ਇਹਨਾਂ ਜੀ ਬਹੁਤ ਬਹੁਤ ਤੁਹਾਡਾ ਥੈਂਕ ਯੂ ਅਤੇ ਇਹਦੇ ਨਾਲ ਸੱਚ ਗੱਲ ਹੋਰ ਵੀ ਜਿਹੜੀ ਤੁਸੀਂ ਖਾਦ ਵਿੱਚ ਪਾਈ ਆ ਵੇਸਟ ਡੀਕੰਪੋਜ਼ਰ ਉਹਨੂੰ ਤਿਆਰ ਕਰਨ ਦਾ ਕੀ ਹਿਸਾਬ ਕਿਤਾਬ ਅਤੇ ਕਿਹੋ ਜਿਹੀ ਦੇਖਣ ਨੂੰ ਕਿਹੋ ਜਿਹੀ ਲੱਗਦੀ ਉਹ ਕਿੱਥੇ ਰੱਖੀ ਹੋਈ ਆਪਾਂ ਉਹ ਆਪਣੀ ਰੱਖੀ ਹੋਈ ਹੈ ਜੀ ਤੁਹਾਨੂੰ ਉਹ ਵੀ ਦਿਖਾਉਂਦੇ ਆ ਆ ਜਾਓ ਆ ਚੱਲ ਉਹਦਾ ਤੁਹਾਨੂੰ ਫਾਰਮੂਲਾ ਵੀ ਦੱਸਦੇ ਆਪਾਂ ਹਾਂਜੀ ਹਾਂਜੀ ਅਤੇ ਨਾਲ ਜਾਂਦੇ ਜਾਂਦੇ ਥੋੜ੍ਹੇ ਜਿਹੇ ਕੇਲੇ 'ਤੇ ਵੀ ਪੰਛੀ ਝਾਤ ਮਾਰ ਲੈਂਦੇ ਹਾਂ ਅਤੇ ਜੀ ਕਿਵੇਂ ਰਿਹਾ ਫਿਰ ਤੁਹਾਡਾ ਕੇਲੇ ਦਾ ਕੇਲੇ ਦਾ ਵੀਰ ਜੀ ਠੀਕ ਰਿਹਾ ਲੇਕਿਨ ਥੋੜ੍ਹਾ ਜਿਹਾ ਨਾ ਆਪਣਾ ਮੌਸਮ ਦਾ ਫਰਕ ਪੈਂਦਾ ਜ਼ਰੂਰ ਕਿਉਂਕਿ ਜਦੋਂ ਜਨਵਰੀ ਮਹੀਨੇ ਦੇ ਵਿੱਚ ਜ਼ਿਆਦਾ ਠੰਡ ਪਈ ਹੈ ਅਤੇ ਕੋਰਾ ਪਿਆ ਹੈਗਾ ਅਤੇ ਉਹਦੇ ਨਾਲ ਨਾ ਇਹਦੇ ਪੱਤੇ ਤੁਸੀਂ ਦੇਖਦੇ ਹੀ ਹੋਵੋਗੇ ਕਿ ਕਾਫ਼ੀ ਜਿਵੇਂ ਸੜ ਗਏ ਹੁੰਦੇ ਸਹੀ ਗੱਲ ਹੈ ਕਈ ਪੱਤੇ ਥੱਲੇ ਹਾਂ ਲੇਕਿਨ ਮੈਂ ਵੀ ਇੱਕ ਵਾਰੀ ਡਰ ਗਿਆ ਸੀ ਕਿਉਂਕਿ ਪਹਿਲੀ ਵਾਰ ਇਹ ਖੇਤੀ ਕੀਤੀ ਹੈ ਮੈਂ ਅਤੇ ਲੇਕਿਨ ਮੈਂ ਜਿੱਥੇ ਵੀ ਜ਼ਿਆਦਾ ਕੇਲਾ ਹੁੰਦਾ ਗੁਜਰਾਤ ਦੇ ਵਿੱਚ ਬਿਹਾਰ 'ਚ ਜਾਂ ਉੱਤਰਾਖੰਡ 'ਚ ਉਹਨਾਂ ਨਾਲ ਸੰਪਰਕ ਕੀਤਾ ਅਤੇ ਉਹ ਕਹਿੰਦੇ ਵੀ ਡਰਨ ਦੀ ਲੋੜ ਨਹੀਂ ਹੈਗੀ ਵੀ ਕੁਛ ਚੀਜ਼ਾਂ ਹੈਗੀਆਂ ਜਿਹਦੇ 'ਤੇ ਤੁਹਾਨੂੰ ਧਿਆਨ ਦੇਣਾ ਪਊਗਾ ਅਤੇ ਉਹ ਧਿਆਨ ਦਿੱਤਾ ਅਤੇ ਹੁਣ ਤੁਸੀਂ ਦੇਖ ਸਕਦੇ ਹੋ ਵੀ ਪੱਤੇ ਬਕਾਇਦਾ ਹਾਂ ਨਿਕਲ ਰਹੇ ਨੇ ਨਵੇਂ ਅਤੇ ਕਾਫ਼ੀ ਹਰਿਆ ਭਰਿਆ ਹੈਗਾ ਅਤੇ ਹੁਣ ਕੋਈ ਦਿੱਕਤ ਨਹੀਂ ਹੈ ਇਹਦੇ ਵਿੱਚ ਨਹੀਂ ਤੁਸੀਂ ਕੋਈ ਇੰਟਰਕ੍ਰੋਪਿੰਗ ਕੀਤੀ ਨਹੀਂ ਤੁਸੀਂ ਸਾਰੀਆਂ ਫਸਲਾਂ ਦੇ ਵਿੱਚ ਜਿਹੜੀ ਕੋਈ ਨਾ ਕੋਈ ਉਗਾਈ ਹੋਈ ਹੈ ਇਹਦੇ ਵਿੱਚ ਵੀਰ ਜੀ ਦਿੱਕਤ ਪਤਾ ਕੀ ਆਈ ਹੈ ਜੀ ਅਤੇ ਇੰਟਰਕ੍ਰੋਪਿੰਗ ਕਰਨੀ ਸੀ ਮੈਂ ਠੀਕ ਹੈ ਕਰ ਨਹੀਂ ਪਾਇਆ ਅਤੇ ਹੁਣ ਇਸ ਕਰਕੇ ਨਹੀਂ ਕਰ ਸਕਦਾ ਕਿਉਂਕਿ ਇਹਨੂੰ ਪਾਣੀ ਦੀ ਥੋੜ੍ਹੀ ਜ਼ਿਆਦਾ ਜ਼ਰੂਰਤ ਰਹਿਣੀ ਹੈ ਹਫ਼ਤੇ 'ਚ 2 ਵਾਰ ਠੀਕ ਇਸ ਕਰਕੇ ਜਿਹੜੀ ਕੋਈ ਮੈਂ ਹੋਰ ਇੰਟਰਕ੍ਰੋਪਿੰਗ ਕੀਤੀ ਉਹਨੂੰ ਪਾਣੀ ਦੀ ਜ਼ਰੂਰਤ ਘੱਟ ਹੁੰਦੀ ਹੈਗੀ ਇਹਦੇ ਵਿੱਚ ਇੰਟਰਕ੍ਰੋਪਿੰਗ ਕਰ ਸਕਦੇ ਹਾਂ ਅਗਰ ਆਪਣੇ ਡ੍ਰਿਪ ਸਿਸਟਮ ਲੱਗਿਆ ਹੋਇਆ ਦੇਖਦੇ ਹਾਂ ਵੀ ਬਾਬੇ ਦੀ ਕਿਰਪਾ ਹੋਊਗੀ ਤਾਂ ਡ੍ਰਿਪ ਸਿਸਟਮ ਜ਼ਰੂਰ ਲਵਾਂਗੇ ਕਿਉਂਕਿ ਦੇਖੋ ਗੱਲ ਤਾਂ ਇਹ ਵੀ ਹੋਈ ਫਲੱਡ ਐਰੀਗੇਸ਼ਨ ਦੇ ਨਾਲ ਜਿਹੜੀ ਡ੍ਰਿਪ ਐਰੀਗੇਸ਼ਨ ਆ ਉਹ ਕਿਤੇ ਨਾ ਕਿਤੇ ਫਰਕ ਹੈ ਕਿਉਂਕਿ ਆਪਾਂ ਸਮੇਂ ਸਿਰ ਉਹਨੂੰ ਉਨੀਆਂ ਕਦੀ ਡੋਜ਼ ਦੇਣੀ ਹੈ ਤਾਂ ਝਾੜ ਆ ਜਿਹੜਾ ਕਈ ਗੁਣਾ ਵੱਧ ਜਾਂਦਾ ਕਾਫ਼ੀ ਆਪਾਂ ਫਾਰਮਰਾਂ ਦੇ ਜਿਹੜੇ ਕਰਦੇ ਰਹੇ ਨੇ ਕਾਫ਼ੀ ਲੰਬੇ ਅਰਸੇ ਡ੍ਰਿਪ ਜਿਹੜੀ ਐਰੀਗੇਸ਼ਨ ਕਰਦੇ ਨੇ ਤਾਂ ਉਹਨਾਂ ਦਾ ਇਹੀ ਮੰਨਣਾ ਹੈ ਕਿ ਅੱਧੋ ਅੱਧੇ ਤਕਰੀਬਨ 20% ਜਿਹੜਾ ਝਾੜ ਹੈ ਉਹ ਫਰਕ ਪੈਂਦਾ ਅਤੇ ਦੂਜਾ ਜਿਹੜੀ ਗਰੋਥ ਹੈ ਉਹ ਬੂਟੇ ਦੀ ਉਹ ਵੀ ਜ਼ਿਆਦਾ ਆਮ ਨਾਲੋਂ ਜਿਹੜੀ ਖੇਤੀ ਹੋ ਜਾਂਦੀ ਹੈ ਅਤੇ ਗੱਲ ਹੋਰ ਵੀ ਜੋ ਕੇਲੇ ਦੀ ਖੇਤੀ ਕਰ ਰਹੇ ਨੇ ਉਹਨਾਂ ਦੀ ਇਹ ਵੀ ਧਿਆਨ ਦੇਣ ਯੋਗ ਹੈ ਕਿ ਜਿਹੜੀਆਂ ਇਹਦੀਆਂ ਜੜ੍ਹਾਂ ਨੇ ਉਹ ਜ਼ਮੀਨ ਦੇ ਵਿੱਚ ਜਾਣ ਦੀ ਬਜਾਏ ਆਲੇ ਆਲੇ ਨੂੰ ਫੈਲਰਦੀਆਂ ਨੇ ਸੋ ਵਿੱਚ ਵਾਹੁਣ ਦੀ ਖੇਚਲ ਹੈ ਜਿਹੜੀ ਉਹ ਘੱਟ ਕਰਨੀ ਚਾਹੀਦੀ ਹੈ ਅਤੇ ਇਸ ਗੱਲ 'ਤੇ ਤੁਹਾਡਾ ਕੀ ਕਹਿਣਾ ਕਿ ਕਿੰਨਾ ਸਹੀ ਨਹੀਂ ਵਾਹੁਣਾ ਚਾਹੀਦਾ ਨੁਕਸਾਨ ਕਰਦਾ ਵੀਰ ਜੀ ਇਹ ਬਹੁਤ ਤੁਸੀਂ ਸਹੀ ਪੁੱਛਿਆ ਹੈਗਾ ਕਿਉਂਕਿ ਮੈਨੂੰ ਵੀ ਇੰਨਾ ਅਨੁਭਵ ਨਹੀਂ ਸੀਗਾ ਜਦੋਂ ਮੈਂ ਉਹਨਾਂ ਦੇ ਨਾਲ ਅਟੈਚ ਹੋਇਆ ਉਹਨਾਂ ਨਾਲ ਗੱਲਬਾਤ ਕੀਤੀ ਹੈ
ਇਹ ਪਹਿਲੇ ਜਦੋਂ ਲਾਉਣ ਤੋਂ ਬਾਅਦ ਪਹਿਲੇ ਆਪਾਂ 3 ਮਹੀਨੇ ਦੇ ਵਿੱਚ ਜਾਂ ਕੋਈ ਵੀ ਛੋਟਾ ਰੂਟਾਵੇਟਰ ਦੇ ਨਾਲ ਆਪਾਂ ਗਡਾਈ ਕਰ ਸਕਦੇ ਹਾਂ ਕਿਉਂਕਿ ਉਹਦੇ ਰੂਟ ਬਹੁਤੇ ਜ਼ਿਆਦਾ ਡਿਵੈਲਪ ਨਹੀਂ ਹੋਏ ਹੁੰਦੇ। ਜਦੋਂ 3 ਮਹੀਨਿਆਂ ਦੇ ਬਾਅਦ ਇਹ ਗਰੋਥ ਸਟਾਰਟ ਕਰਦਾ ਤਾਂ ਇਹਦੀਆਂ ਜਿਹੜੀਆਂ ਜੜ੍ਹਾਂ ਨੇ ਇਹ ਉੱਪਰ ਵੱਲ ਫੈਲਦੀਆਂ ਨੇ ਆਲੇ ਦੁਆਲੇ। ਜਦੋਂ ਆਪਾਂ ਕਿਸੇ ਰੂਟਾਵੇਟਰ ਨਾਲ ਛੋਟੇ ਨਾਲ ਜਾਂ ਕਲਟੀਵੇਟਰ ਨਾਲ ਬੋਲਦੇ ਹਾਂ ਤਾਂ ਇਹਦੇ ਰੂਟਸ ਕੱਟ ਹੋ ਜਾਂਦੇ ਆ। ਠੀਕ, ਜਦੋਂ ਕੱਟ ਹੁੰਦੇ ਨੇ ਉਹ ਸੇਮ ਆਪਣੇ ਵਾਲੀ ਪੋਜੀਸ਼ਨ ਹੈ ਕਿ ਜੇ ਆਪਣੇ ਹੱਥ 'ਤੇ ਕੱਟ ਲੱਗਦਾ ਤਾਂ ਬਲੱਡ ਨਿਕਲਦਾ ਅਤੇ ਸਾਨੂੰ ਤਕਲੀਫ ਹੁੰਦੀ ਹੈ। ਅਤੇ ਬੂਟੇ ਦਾ ਵੀ ਉਹੀ ਹੈ, ਸੇਮ ਇਹ ਜਿੰਦਾ ਸਾਹ ਖਾਲੀ ਇਹ ਤੁਰ ਨਹੀਂ ਸਕਦੇ। ਕੋਈ ਵੀ ਗੱਲ ਹੈ ਤਾਂ ਵੀ ਸਭ ਤੋਂ ਪਹਿਲਾਂ ਕੋਈ ਵੀ ਫਸਲ ਤੁਸੀਂ ਬੀਜਣੀ ਹੈ ਉਹਦੇ ਬਾਰੇ ਪਹਿਲਾਂ ਜਾਣਕਾਰੀ ਲਓ। ਇਹ ਨਾ ਹੋਵੇ ਤੁਸੀਂ ਵਾਹੀ ਕਰ ਦਿਓ ਜਾਂ ਕੋਈ ਸਪਰੇਅ ਕਰ ਦਿਓ ਅਤੇ ਬਾਅਦ ਦੇ ਵਿੱਚ ਤੁਹਾਡੀ ਜਿਹੜੀ ਮਿਹਨਤ ਆ ਉਹ ਕਿਸੇ ਖੂਹ ਖਾਤੇ ਪੈ ਜਾਵੇ। ਸੋ ਹਰੇਕ ਚੀਜ਼ ਨੂੰ ਕਹਿ ਦਈਏ 2-3 ਵਾਰ ਜਾਣਕਾਰੀ ਲੈ ਕੇ ਮੇਕ ਸ਼ੋਰ ਕਰਕੇ ਹੀ ਤੁਸੀਂ ਅੱਗੇ ਵਧੋ, ਚਾਹੇ ਉਹ ਬਹਾਈ ਨੂੰ ਲੈ ਕੇ ਹੋਵੇ, ਭਾਵੇਂ ਉਹ ਕਿਸੇ ਪਾਣੀ ਨੂੰ ਲੈ ਕੇ ਹੋਵੇ, ਭਾਵੇਂ ਉਹ ਕਿਸੇ ਰੇਹ ਸਪਰੇਅ ਡਾਈ ਯੂਰੀਆ ਨੂੰ ਲੈ ਕੇ ਹੋਵੇ। ਕਿਉਂਕਿ ਜੇਕਰ ਤੁਸੀਂ ਇੱਕ ਵਾਰ ਨੂੰ ਉਹ ਚੀਜ਼ ਦੇਣ ਲੱਗ ਗਏ ਤਾਂ ਇੱਕ ਤਰੀਕੇ ਨਾਲ ਕਈ ਵਾਰ ਨਸ਼ੇ 'ਤੇ ਵੀ ਲੱਗ ਜਾਂਦੀ ਹੈ ਜ਼ਮੀਨ। ਸੋ ਸਹੀ ਮਾਤਰਾ ਦੇ ਵਿੱਚ ਦੇਣ ਦੀ ਲੋੜ ਹੁੰਦੀ ਹੈ। ਅਕਸਰ ਜਿਹੜੇ ਆਪਣੇ ਪਿੰਡਾਂ 'ਚ ਪੰਜਾਬ ਦੇ ਕਿਸਾਨ ਨੇ ਉਹ ਪਿੰਡ ਦੇ ਵਿੱਚ ਜਿਹੜੀ ਲੋਕਲ ਜੀ ਦੁਕਾਨ ਹੁੰਦੀ ਹੈ ਦਵਾਈਆਂ ਵਾਲੀ ਉੱਥੇ ਚਲ ਜਾਂਦੇ ਨੇ ਅਤੇ ਜੀ ਉਹਨੂੰ ਕਹਿ ਦਿੰਦੇ ਸਾਡੇ ਫਸ ਖੇਤ ਦੇ ਵਿੱਚ ਆਹ ਬਿਮਾਰੀ ਹੈ। ਉਹਨੂੰ ਪਤਾ ਹੀ ਨਹੀਂ ਹੁੰਦਾ ਕਿਉਂਕਿ ਬਿਮਾਰੀ ਕੋਈ ਨਵੀਂ ਨਹੀਂ ਹੁੰਦੀ, ਬਿਮਾਰੀ ਪਹਿਲਾਂ ਹੀ ਹੁੰਦੀਆਂ ਨੇ, ਪਰ ਜਦੋਂ ਤੁਸੀਂ ਰੇਹਾਂ ਸਪਰੇਹਾਂ ਹੋਰ ਅਜੀਬ ਜਿਹੀਆਂ ਕਰਨ ਲੱਗ ਜਾਂ ਤਾਂ ਬਿਮਾਰੀਆਂ ਵੀ ਨਵੀਆਂ ਨਿਕਲੀਆਂ ਹੁੰਦੀਆਂ ਨੇ। ਸੋ ਇਹ ਇਹੋ ਜਿਹੀਆਂ ਸਪਰੇਹਾਂ ਵੀ ਤੁਹਾਨੂੰ ਤੁਸੀਂ ਦੁਕਾਨ 'ਤੇ ਗਏ ਹੋ ਅਤੇ ਜਿਹੜਾ ਦੁਕਾਨ ਵਾਲਾ ਬੰਦਾ ਤੁਹਾਨੂੰ ਹੋਰ ਦੇ ਦਿੰਦਾ ਜੀ ਚੱਕ ਲਓ ਆਹ ਵੀ ਕਰ ਦਿਉ, ਸੋ ਇਹ ਤੋਂ ਪਰਹੇਜ਼ ਕਰੋ। ਤੁਹਾਡੇ ਨਜ਼ਦੀਕੀ ਜੇ ਕੋਈ KVK ਸੈਂਟਰ ਆ ਜਾਂ ਹੋਰ ਨੇ ਉਹਨਾਂ ਨਾਲ ਸੰਪਰਕ ਕਰਕੇ ਸਹੀ ਸਪਰੇਅ ਕਰੋ, ਜ਼ਿਆਦਾ ਲੋੜ ਵਿੱਚ ਜਿਹੜੀ ਐਕਸਟਰਾ ਸਪਰੇਅ ਨਾ ਕਰੋ। ਅਤੇ ਇੱਧਰ ਜਿਹੜੀ ਰੂੜੀ ਖਾਦ ਵੀਰ ਜੀ ਉਹਨਾਂ ਵੱਲੋਂ ਪਈ ਆ, ਤੁਹਾਨੂੰ ਦਿਖਾਉਂਦੇ ਹਾਂ ਕਿ ਕਿਵੇਂ ਆ ਜਿਹੜਾ ਡੀ ਵੇਸਟ ਡੀਕੰਪੋਜ਼ਰ ਆ ਜਿਹੜੀ ਉਹਦੇ ਨਾਲ ਖਾਦ ਕਿਵੇਂ ਤਿਆਰ ਕਰਦੇ ਨੇ, ਕਿਉਂਕਿ ਉਹ ਬਹੁਤ ਜ਼ਿਆਦਾ ਦੇਸੀ ਖਾਦ ਆ, ਉਹ ਕਿਸਾਨਾਂ ਦੇ ਲਈ ਉਹਦਾ ਬਹੁਤ ਜ਼ਿਆਦਾ ਫਾਇਦਾ ਹੁੰਦਾ। ਅਤੇ ਇੱਥੇ ਨਿੰਬੂਆਂ ਦਾ ਬਾਗ ਜਿਹੜਾ ਉਹ ਵੀ ਸਾਡੇ ਨੇੜੇ ਆ ਗਿਆ, ਫਲਾਵਰਿੰਗ ਤੁਸੀਂ ਦੇਖ ਸਕਦੇ ਹੋ। ਅਤੇ ਨਿੰਬੂ ਆ ਦੇਖੋ, ਹੁਣ ਜਿਹੜਾ ਮਈ ਦਾ ਮਹੀਨਾ ਚੱਲ ਰਿਹਾ ਅਤੇ ਮਈ ਦੇ ਮਹੀਨੇ ਦੇ ਵਿੱਚ ਜਿਹੜੇ ਨਿੰਬੂ ਨੇ ਇਹ ਨਿਕਲੇ ਹੋਏ ਨੇ ਬਹੁਤ ਵਧੀਆ ਤਰੀਕੇ ਨਾਲ, ਥੋੜ੍ਹਿਆਂ 'ਤੇ ਫਲਾਵਰਿੰਗ ਹੈ, ਯਾਨੀ ਕਿ ਜੂਨ ਦੇ ਐਂਡ ਦੇ ਵਿੱਚ ਜੁਲਾਈ ਦੇ ਵਿੱਚ ਤਕਰੀਬਨ ਇਹ ਪੂਰੀ ਤਰ੍ਹਾਂ ਤਿਆਰ ਨੇ। ਇਹ ਸਮੇਂ ਦੇ ਵਿੱਚ ਜਿਹੜਾ ਨਿੰਬੂ ਦਾ ਰੇਟ ਹੈ ਉਹ 60 ਰੁਪਏ ਦੇ ਕਰੀਬ ਮਿਲ ਜਾਂਦਾ, ਆਰਾਮ ਨਾਲ ਮੰਡੀ ਦੇ ਵਿੱਚ ਵੱਧ ਵੀ ਜਾਂਦਾ ਅਤੇ ਬਹੁਤ ਵਧੀਆ ਫਸਲ ਹੈ। ਅਤੇ ਇਹ ਸਭ ਤੋਂ ਵਧੀਆ ਸੀਜ਼ਨ ਹੈ ਅਤੇ ਨਾਲ ਦੀ ਨਾਲ ਜਿਹੜਾ ਬੂਟੇ ਨੇ ਜਿਹੜੇ ਬਹੁਤ ਵਧੀਆ ਇਸ ਵਕਤ ਝਾੜ ਆਪਾਂ ਦੇਖ ਸਕਦੇ ਹਾਂ, ਕਿਉਂਕਿ ਇਹਦੇ ਵਿੱਚ ਦੇਖੋ ਵੀ ਇੱਕ ਤਾਂ ਹੁੰਦਾ ਕਿਸਾਨ ਲਾ ਦਿੰਦੇ ਆ ਜੀ ਗੋਡੀਆਂ ਕਰ ਦਿਉ ਇੱਦਾਂ ਕਰ ਦਿਉ, ਪਰ ਜਿਹੜੇ ਇਹ ਮਹੀਨੇ ਨੇ ਮਈ ਜੂਨ ਜੁਲਾਈ ਗਰਮੀ ਬਹੁਤ ਪੈਂਦੀ ਹੈ, ਦੇਖ ਸਕਦੇ ਹੋ ਸੂਰਜ ਬਹੁਤ ਤੇਜ਼ ਆ ਅਤੇ ਜੇਕਰ ਤੁਸੀਂ ਖੇਤ ਦੇ ਵਿੱਚ ਉਹ ਕੱਖ ਵਗੈਰਾ ਪੱਟ ਦਿੰਦੇ ਹੋ ਤਾਂ ਉਹਦੇ ਨਾਲ ਤੁਸੀਂ ਖੇਤ ਦੀ ਨਮੀ ਹੈ ਜਿਹੜੀ ਉਹ ਵੀ ਖਤਮ ਕਰ ਦਿੰਦੇ ਹੋ, ਜਿਹੜੀ ਬੂਟੇ ਲਈ ਹਾਨੀਕਾਰਕ ਹੈ। ਸੋ ਖੇਤ ਦੇ ਵਿੱਚ ਕਿਸੇ ਤਰੀਕੇ ਦੀ ਗੋਡੀ ਕਰਨ ਦੀ ਲੋੜ ਨਹੀਂ ਹੈਗੀ, ਥੋੜ੍ਹਾ ਬਹੁਤਾ ਕੁਦਰਤ ਨੂੰ ਵੀ ਆਪਣਾ ਕੰਮ ਕਰਨ ਦਿਓ। ਅਤੇ ਵੀਰ ਜੀ ਜੇ ਆਪਾਂ ਇਹਦੀ ਨਿੰਬੂਆਂ ਦੀ ਗੱਲ ਕਰੀਏ ਵੀ ਤੁਸੀਂ ਸਾਰਾ ਲਗਭਗ ਔਰਗੈਨਿਕ ਤਰੀਕੇ ਨਾਲ ਹੀ ਕਰਦੇ ਹੋ ਅਤੇ ਦੇਖ ਸਕਦੇ ਕੋਈ ਸੁੰਡੀ ਨਹੀਂ, ਅਕਸਰ ਆਹ ਜਿਹੜਾ ਮਹੀਨਾ ਇਹਦੇ ਵਿੱਚ ਤਾਂ ਵੀ ਸੁੰਡੀਆਂ ਰਹਿ ਰੱਬ ਦਾ ਨਾਂ ਆ ਜਾਂਦੀਆਂ ਖੇਤਾਂ ਦੇ ਵਿੱਚ, ਪਰ ਤੁਹਾਡੇ 'ਤੇ ਕੋਈ ਪੱਤਾ ਨਹੀਂ ਖਾਧਾ ਹੋਇਆ, ਇੰਨੀ ਸੋਹਣੀ ਫਲਾਵਰਿੰਗ ਆ ਅਤੇ ਜਿਹੜੀਆਂ ਮਧੂਮੱਖੀਆਂ ਨੇ ਉਹ ਟਹਿਲ ਰਹੀਆਂ ਨੇ ਪੂਰੀਆਂ, ਆਹ ਦੇਖ ਸਕਦੇ ਹਾਂ, ਕਿਉਂਕਿ ਇਹ ਬਹੁਤ ਜ਼ਿਆਦਾ ਇਹਦੇ ਨਾਲ ਜਿਹੜੀ ਫਲਾਵਰਿੰਗ ਆ ਵੱਧ ਜਾਂਦੀ, ਜੇ ਮਧੂਮੱਖੀ ਵੀ ਨਾ ਹੋਵੇ ਘੱਟ ਹੋਵੇ ਤਾਂ ਵੀ ਇਹਦਾ ਅਸਰ ਪੈਂਦਾ। ਅਤੇ ਇਹ ਕੋਈ ਜੇ ਔਰਗੈਨਿਕ ਨਿੰਬੂਆਂ ਦੇ ਤੁਹਾਡੇ ਕਿਸੇ ਤਰੀਕੇ ਦੀ ਕੋਈ ਬਿਮਾਰੀ ਠਮਾਰੀ? ਵੈਸੇ ਤਾਂ ਵੀਰ ਜੀ ਜਿੱਥੇ ਤੱਕ ਮੇਰਾ ਅਨੁਭਵ ਹੈਗਾ ਵੀ ਜਦ ਤੋਂ ਮੈਂ ਕੁਦਰਤੀ ਖੇਤੀ ਸ਼ੁਰੂ ਕੀਤੀ ਹੈਗੀ ਤਕਰੀਬਨ ਮੈਨੂੰ 6 ਸਾਲ ਹੋ ਗਏ ਨੇ ਪੂਰੇ, 7ਵਾਂ ਸਾਲ ਸਟਾਰਟ ਹੋ ਗਿਆ, ਵੀ ਆਸਤੇ ਆਸਤੇ ਨਾ ਬਿਮਾਰੀਆਂ ਘੱਟਦੀਆਂ ਗਈਆਂ, ਜਿਉਂ ਜਿਉਂ ਮੈਂ ਕੁਦਰਤ ਦੇ ਨਾਲ ਜੁੜਦਾ ਗਿਆ ਕੁਦਰਤ ਮੇਰਾ ਸਾਥ ਦਿੰਦੀ ਰਹੀ ਹੈਗੀ। ਅਤੇ ਤੁਸੀਂ ਮੇਰੀ ਕੁਦਰਤ ਦਾ ਇੱਕ ਹੋਰ ਦੇਖ ਸਕਦੇ ਹੋ, ਮੈਂ ਇੱਧਰਲੇ ਪਾਸੇ ਨੇ ਘਰ ਵਾਸਤੇ ਲੌਕੀ ਲਾਈ ਹੋਈ ਹੈਗੀ, ਤੁਸੀਂ ਲੌਕੀ ਦਾ ਨਜ਼ਾਰਾ ਦੇਖੋ ਜੀ, ਆ ਲਓ ਜੀ ਫੁੱਟ ਦੇ ਕਰੀਬ ਹੈ, ਦੇਖੋ ਜੀ ਨਹੀਂ ਅਕਸਰ ਜਦੋਂ ਜ਼ਮੀਨ 'ਤੇ ਪਈਆਂ ਰਹਿੰਦੀਆਂ ਮੈਂ ਕਹਿੰਦਾ ਜੀ ਬਿਮਾਰੀ ਉਦੋਂ ਵੀ ਜ਼ਿਆਦਾ ਸੁੰਡੀ ਸੁੰਡੀ ਜ਼ਿਆਦਾ ਲੱਗ ਜਾਂਦੀ ਹੈ, ਉਦੋਂ ਸੁੰਡੀ ਹੈਂਗਿੰਗ ਜਿਹੜੀ ਤਕਨੀਕ ਹੈ ਤਾਂ ਉਹ ਜ਼ਿਆਦਾ ਵਧੀਆ। ਤਕਰੀਬਨ ਜਿਹੜੀ ਬੇਲ ਵਾਲੀਆਂ ਸਬਜ਼ੀਆਂ ਨੇ ਉਹਨਾਂ ਨੂੰ ਤਾਂ ਆਪਾਂ ਉੱਪਰ ਹੀ ਜਾਲ ਬਣਾ ਕੇ ਉੱਪਰ ਲਿਆ ਜਾਵੇ ਤਾਂ ਸਭ ਤੋਂ ਵਧੀਆ ਝਾੜ ਦਿੰਦੀਆਂ ਨੇ ਜਿਹੜੀਆਂ ਬੇਲ ਵਾਲੀਆਂ ਨੇ। ਇਹ ਅਕਸਰ ਹੁੰਦਾ ਜੀ ਵੱਡੇ ਵੱਡੇ ਤਾਂ ਜੀ ਮੈਨੂੰ ਗੱਲ ਯਾਦ ਆ ਕਿ ਕਹਿੰਦੇ ਇੱਕ ਬਜ਼ੁਰਗ ਸੀ ਉਹ ਆਮ ਅਕਸਰ ਜਿਹੜੇ ਟੀਕੇ ਟੂਕੇ ਲਾ ਕੇ ਫਸਲਾਂ ਦੇ ਵਿੱਚ ਲਾ ਕੇ ਗਰੋ ਕਰਦੇ ਸੀ, ਕਿਸੇ ਨੇ ਪੁੱਛ ਲਿਆ ਕਹਿੰਦੇ ਜੀ ਤੁਸੀਂ ਅੱਜ ਗੋਭੀਆਂ ਦੇ ਵਿੱਚ ਘਈਆਂ ਦੇ ਵਿੱਚ ਟੀਕੇ ਕਾਹਤੇ ਲਾਉਂਦੇ ਹੋ, ਤਾਂ ਉਹ ਕਹਿੰਦਾ ਲੈ ਬੰਦਾ ਜਦ ਬਿਮਾਰ ਹੁੰਦਾ ਉਹਦੇ 'ਤੇ ਟੀਕਾ ਲਾਉਂਦੇ ਨੇ, ਕੀ ਹੋਇਆ ਜੀ ਸਬਜ਼ੀ ਨੂੰ ਲੱਗਦਾ ਜਾਂ ਬੰਦਿਆਂ ਦੇ ਲੱਗਦੇ ਨੇ। ਦੇਖੋ ਆਹ ਤਾਂ ਤਰਕ ਹੈ ਕਿ ਦੇਖੋ ਅੱਜ ਉਹ ਕੁਦ ਕਰੋਨਾ ਵਾਇਰਸ ਕਰਕੇ ਜੇ ਅੱਜ ਵੀ ਇਨਸਾਨ ਨਾ ਸਮਝਿਆ ਤਾਂ ਮੇਰੇ ਖਿਆਲ 'ਚ ਇਨਸਾਨ ਦਾ ਕੁਛ ਨਹੀਂ ਬਣ ਸਕਦਾ,
ਅੱਜ ਆਪਾਂ ਦੇਖੋ ਕਿਸੇ ਪਾਸੇ ਨਹੀਂ ਭੱਜੇ ਹੈਗੇ, ਕੋਈ ਮਹਿੰਗੀਆਂ ਗੱਡੀਆਂ ਲੈਣ ਨਹੀਂ ਭੱਜੇ ਹੈਗੇ, ਕੋਈ ਮੌਲਾਂ ਦੇ ਵਿੱਚ ਘੁੰਮਣ ਨਹੀਂ ਗਏ ਹੈਗੇ। ਅੱਜ ਹਰ ਇੱਕ ਇਨਸਾਨ ਨੂੰ ਜੇ ਲੋੜ ਹੈ ਤਾਂ ਕਿਸ ਚੀਜ਼ ਦੀ, ਸਾਨੂੰ ਖਾਣ ਪੀਣ ਦੀ, ਰਾਸ਼ਨ ਦੀ। ਅਸੀਂ ਰਾਸ਼ਨ ਦੇਖੋ ਸਟੋਰ ਵੀ ਕੀਤਾ ਹੈਗਾ ਜੀ, ਅਤੇ ਲੇਕਿਨ ਸਾਡੇ ਜਿਹੜੇ ਲੋਕ ਨੇ ਜਾਂ ਵੱਡੀਆਂ ਕੰਪਨੀਆਂ ਨੇ ਉਹਨਾਂ ਦਾ ਇਹ ਮੰਨਣਾ ਹੈ ਕਿ ਕਿਸਾਨ ਤਾਂ ਇੱਕ ਗਵਾਰ ਹੈਗਾ, ਠੀਕ ਹੈ, ਅਨਪੜ੍ਹ ਹੈਗਾ, ਜਦਕਿ ਰੋਟੀ ਦੇ ਬਗੈਰ ਅਸੀਂ ਜਿੰਦਾ ਨਹੀਂ ਰਹਿ ਸਕਦੇ, ਸਹੀ ਗੱਲ, ਹਰ ਇੱਕ ਚੀਜ਼ ਦੇ ਬਗੈਰ ਜਿੰਦਾ ਰਹਿ ਸਕਦੇ। ਉਹ ਜੇ ਆਪਾਂ ਜ਼ਹਿਰਾ ਖਾਈ ਜਾਵਾਂਗੇ ਫਿਰ ਤਾਂ ਉਹ ਆਸਤੇ ਆਸਤੇ ਸਾਡੀ ਏਜ ਘੱਟਦੀ ਜਾਊਗੀ। ਅਤੇ ਅੱਜ ਜਿਹੜਾ ਨਿੰਬੂ ਲੱਗਿਆ ਇਹਦੇ 'ਤੇ ਤੁਸੀਂ ਪਹਿਲਾਂ ਅਸੀਂ ਇੱਕ ਵੀਡੀਓ ਕੀਤੀ ਹੋਈ ਹੈ, ਤੁਸੀਂ ਸਾਡੇ ਪੇਜ 'ਤੇ ਜਾ ਕੇ ਉਹ ਵੀਡੀਓ ਦੇਖ ਸਕਦੇ ਹੋ, ਜਿਹਦੇ ਵਿੱਚ ਬਰੀਫ ਜਾਣਕਾਰੀ ਵੀਰ ਜੀ ਵੱਲੋਂ ਦਿੱਤੀ ਗਈ ਹੈ ਕਿ ਕਿਹੜਾ ਨਿੰਬੂ ਦੀ ਵਰਾਇਟੀ ਹੈ, ਕਿਵੇਂ ਲਾਇਆ ਗਿਆ ਅਤੇ ਕਿਵੇਂ ਦੀ ਗਰੋਅ ਆ। ਫਿਲਹਾਲ ਹੁਣ ਸੀਜ਼ਨ ਤਾਂ ਕਰਕੇ ਅਸੀਂ ਦਿਖਾ ਰਹੇ ਹਾਂ ਵੀ ਜਿਨ੍ਹਾਂ ਨੇ ਪਹਿਲੀ ਵੀਡੀਓ ਦੇਖੀ ਹੈ ਤਾਂ ਉਹ ਦੇਖ ਸਕਣ ਵੀ ਮਈ ਜੂਨ ਦੇ ਵਿੱਚ ਜਿਹੜਾ ਨਿੰਬੂ ਕਿੰਨਾ ਵਧੀਆ ਜਿਹੜਾ ਨਿਕਲਿਆ ਹੋਇਆ। ਅਤੇ ਵੀਰ ਜੀ ਆਪਾਂ ਅੱਜ ਖਾਦ ਦੀ ਗੱਲ ਕਰ ਲੈਂਦੇ ਹਾਂ। ਹਾਂਜੀ ਹਾਂਜੀ। ਅਤੇ ਇੱਧਰ ਮੈਨੂੰ ਪਾਣੀ ਛੱਡਿਆ ਹੋਇਆ, ਕਿਉਂਕਿ ਸਭ ਤੋਂ ਜ਼ਰੂਰੀ ਆ, ਜੇਕਰ ਤੁਹਾਡਾ ਖੇਤ ਤੰਦਰੁਸਤ ਹੋਊਗਾ ਤਾਂ ਤੁਹਾਡੀ ਫਸਲ ਵੀ ਤੰਦਰੁਸਤ ਹੋਊਗੀ। ਤਾਂ ਉਹਨੂੰ ਤੰਦਰੁਸਤ ਬਣਾਉਣ ਤੁਸੀਂ ਕਰਨਾ ਕੀ ਹੈ? ਤਾਂ ਆਮ ਅਕਸਰ ਇਹ ਆ ਵੀ ਪਿੰਡਾਂ ਦੇ ਵਿੱਚ ਜਾਂ ਡੰਗਰ ਲੋਕਾਂ ਨੇ ਡੰਗਰ ਬੱਚਾ ਰੱਖਿਆ ਹੀ ਹੁੰਦਾ, ਸੋ ਗੋਬਰ ਤੋਂ ਖਾਦ ਜਿਹੜੀ ਹੈ ਤਿਆਰ ਕਰ ਲੈਂਦੇ ਨੇ, ਪਰ ਉਹਨੂੰ ਸਮਾਂ ਲੱਗਦਾ, ਸਾਲ ਦੇ ਕਰੀਬ ਸਮਾਂ, 2 ਸਾਲ ਲੱਗ ਜਾਂਦੇ ਨੇ ਤਿਆਰ ਹੋਣ ਨੂੰ, ਅਸਲੀ ਬਣਨ ਨੂੰ। ਅਤੇ ਪਰ ਇੱਥੇ ਜਿਹੜੀ ਤੁਸੀਂ ਖਾਦ ਦੇਖ ਸਕਦੇ ਹੋ, ਇਹਦੇ ਬਾਰੇ ਥੋੜ੍ਹੀ ਜਿਹੀ ਜਾਣਕਾਰੀ ਦਿਓ, ਕਿਵੇਂ ਤਿਆਰ ਕੀਤੀ ਜਾਂਦੀ, ਕਿਹਦੇ ਨਾਲ? ਆਪਣੇ ਆਮ ਰੂੜੀ ਹੈ ਗੋਹਾ ਪਸ਼ੂਆਂ ਦਾ, ਅਤੇ ਜਿਹਨੂੰ ਅਸੀਂ 35 ਤੋਂ ਲੈ ਕੇ 40 ਦਿਨ ਦੇ ਵਿੱਚ ਤਿਆਰ ਕਰ ਲੈਂਦੇ ਹਾਂ। ਵੈਸਟ ਡੀਕੰਪੋਜ਼ਰ ਦੇ ਨਾਲ ਅਸੀਂ ਇੱਕ ਢੇਰ ਬਣਾਉਂਦੇ, ਜਿਵੇਂ ਆਹ ਤੁਸੀਂ ਦੇਖ ਹੀ ਰਹੇ ਹੋ ਖੁੱਲ੍ਹਾ ਪਿਆ ਹੈਗਾ ਜੀ, ਅਤੇ ਇਹਦੇ ਉੱਪਰ ਅਸੀਂ ਡੇਲੀ ਜਦੋਂ ਚੁੱਕਦੇ ਹਾਂ ਉਹਦੇ ਉੱਪਰ ਡੀਕੰਪੋਜ਼ਰ ਦਾ ਛਿੜਕਾਅ ਕਰ ਦਿੰਦੇ ਹਾਂ, ਠੀਕ ਹੈ, ਪਰ ਉਹਦੀਆਂ ਮਹੀਨੇ ਦੇ ਵਿੱਚ ਤਕਰੀਬਨ ਅਸੀਂ 5 ਤੋਂ 6 ਕਟਿੰਗਾਂ ਕਰਦੇ ਹੈਗੇ, ਅਤੇ ਕਟਿੰਗ ਕਰਕੇ ਉਹਨੂੰ ਪਲਟੀ ਕਰ ਦਿੰਦੇ ਹਾਂ। ਤੁਸੀਂ ਦੇਖੇ ਹੋਊਗੇ ਬੈੱਡ ਬਣੇ ਹੋਏ, ਹਾਂਜੀ ਹਾਂਜੀ, ਅਤੇ ਉੱਪਰੋਂ ਇਹਦੀ ਨਮੀ ਬਰਕਰਾਰ ਰਹੇ, ਇਸ ਕਰਕੇ ਆਪਾਂ ਪਰਾਲੀ ਦੀ ਮਲਚਿੰਗ ਕੀਤੀ ਹੋਈ ਹੈ, ਠੀਕ ਹੈ। ਅਤੇ ਹੁਣ ਮੈਂ ਤੁਹਾਨੂੰ ਦਿਖਾਉਂਦਾ ਇਹਦਾ ਰੰਗ ਰੂਪ ਜੀ, ਦੇਖੋ ਕਿਹੋ ਜਿਹਾ। 30 ਦਿਨ ਦੇ ਵਿੱਚ ਆਰ ਕੀ 1.5 ਸਾਲ ਦੇ ਵਿੱਚ ਵੀ ਰੂੜੀ ਤਿਆਰ ਨਹੀਂ ਹੋ ਪਾਉਂਦੀ, ਇਹ ਆਹ ਦੇਖੋ ਜੀ, ਤੁਸੀਂ ਦੇਖ ਸਕਦੇ ਹੋ ਇਹਦੀ ਮਿੱਟੀ ਜਮ੍ਹਾਂ ਹੀ ਆਪਾਂ ਕਹਿ ਸਕਦੇ ਜਿਵੇਂ ਡਾਈ ਹੁੰਦਾ। ਹਾਂਜੀ, ਇਹ ਤੁਸੀਂ ਝੋਲੀ ਦੇ ਵਿੱਚ ਪਾ ਕੇ ਆਮ ਰਿਓ ਦੇ ਮੰਗੂ ਛਿੱਟਾ ਦੇ ਸਕਦੇ ਹੋ। ਇਹ ਜਿੱਥੇ ਕਿ ਆਪਾਂ 10-10 ਟਰਾਲੀਆਂ 1 ਏਕੜ ਦੇ ਵਿੱਚ ਕੱਚੇ ਗੋਬਰ ਦੀਆਂ ਪਾ ਦਿੰਦੇ ਹਾਂ, ਉੱਥੇ ਇਹਦੀਆਂ 2 ਟਰਾਲੀਆਂ ਬਹੁਤ, ਠੀਕ ਹੈ। ਤੁਸੀਂ ਰਿਜ਼ਲਟ ਦਾ ਮੇਰੇ ਪਿਆਜ਼, ਹਾਂਜੀ ਹਾਂਜੀ, ਪਿਆਜ਼ ਇਹ ਉਹੀ ਹੈ ਜੀ, ਤੁਸੀਂ ਜਿਹੜੇ ਪਿਆਜ਼ ਦੇਖੇ ਹੋ ਪਹਿਲਾਂ ਉਹੀ ਖਾਦ ਦੀ ਬਦੌਲਤ ਬਦੌਲਤ ਹੈ ਜੀ, ਆਹ ਦੇਖੋ। ਅਤੇ ਗੱਲ ਇਹ ਹੈ ਵੀ ਕਈ ਵਾਰ ਹੁੰਦਾ ਕਿਸਾਨਾਂ ਨੂੰ ਲੱਗਦਾ ਵੀ ਰੂੜੀ ਦੀ ਖਾਦ ਲੇਟ ਤਿਆਰ ਹੁੰਦੀ ਹੈ, ਪਰ ਆਹ ਦੇਖੋ ਇਹ 30 ਦਿਨ ਦੇ ਵਿੱਚ ਤੁਸੀਂ ਇਹਨੂੰ ਮਿਹਨਤ ਨਾਲ, ਚੰਗੀ ਮਿਹਨਤ ਨਾਲ ਇਹਨੂੰ 30 ਦਿਨ ਦੇ ਵਿੱਚ ਵਧੀਆ ਖਾਦ ਤਿਆਰ ਕਰ ਸਕਦੇ ਹੋ, ਤਾਜ਼ੇ ਗੋਹੇ ਤੋਂ। ਬਸ ਤਾਜ਼ੇ ਗੋਹੇ 'ਤੇ ਤੁਸੀਂ ਵੇਸਟ ਡੀਕੰਪੋਜ਼ਰ ਦੀ ਜਿਹੜੀ ਆ ਪਾਣੀ ਦੀ ਛਿੜਕਾਅ ਕਰਨਾ ਹੈ, ਅਤੇ ਉਹ ਤੋਂ ਬਾਅਦ ਇਹਨੂੰ ਤਿਆਰ ਕਰ ਸਕਦੇ ਹੋ। ਜੇ ਤੁਸੀਂ ਵੈਸਟ ਡੀਕੰਪੋਜ਼ਰ ਬਾਰੇ ਜਾਣਕਾਰੀ, ਤੁਸੀਂ ਯੂਟਿਊਬ 'ਤੇ ਕਾਫੀ ਜ਼ਿਆਦਾ ਵੀਡੀਓ ਨੇ ਉਹਦੇ 'ਤੇ ਸਰਚ ਮਾਰ ਕੇ ਦੇਖ ਸਕਦੇ ਹੋ ਕਿ ਕਿਵੇਂ ਇਹਨੂੰ ਤਿਆਰ ਕੀਤਾ ਜਾ ਸਕਦਾ। ਫਿਲਹਾਲ ਕੀ ਥੋੜ੍ਹਾ ਬਹੁਤਾ ਪ੍ਰੋਸੀਜਰ ਤੁਸੀਂ ਵੀ ਦੱਸ ਦਿਉ ਵੀ ਕਿੱਥੋਂ ਕਿੰਨਾ ਕੁ ਅਵੇਲੇਬਲ ਹੁੰਦਾ, ਉਹਨੂੰ ਤਿਆਰ ਕਰਨ ਦੀ ਕੀ ਵਿਧੀ ਆ? ਵੈਸੇ ਬੈਸਟ ਡੀਕੰਪੋਜ਼ਰ ਤਾਂ ਆਪਾਂ ਨੂੰ ਔਨਲਾਈਨ ਮਿਲ ਜਾਂਦਾ ਹੈਗਾ, ਠੀਕ ਹੈ, ਅਤੇ ਆਪਣੇ ਇਹਨੂੰ ਕੋਈ ਖਾਸ ਵਿਧੀ ਨਹੀਂ ਹੈਗੀ, ਇਹ ਆਪਣਾ 200 ਲੀਟਰ ਦੇ ਡਰੰਮ ਦੇ ਵਿੱਚ 200 ਲੀਟਰ ਪਾਣੀ, ਅਤੇ ਬੈਸਟ ਡੀਕੰਪੋਜ਼ਰ ਜੇ ਤੁਹਾਨੂੰ ਕਿਤੋਂ ਤਿਆਰ ਮਿਲਦਾ ਹੈਗਾ ਤਾਂ ਤੁਸੀਂ 5-7 ਲੀਟਰ ਉਹਦੇ ਵਿੱਚ ਐਡ ਕਰਕੇ ਅਤੇ 2 ਕਿਲੋ ਗੁੜ ਪਾ ਸਕਦੇ ਹੋ, ਠੀਕ, ਉਹਦੇ ਵਿੱਚ ਬੈਕਟੀਰੀਆ ਜਿਉਂਦੇ ਰਹਿੰਦੇ ਨੇ, ਉਹਦੇ ਵਿੱਚ ਮਲਟੀਪਲਾਈ ਹੋ ਜਾਂਦੇ ਨੇ। ਗਰਮੀਆਂ ਦੇ ਵਿੱਚ ਤਾਂ ਤੁਹਾਡਾ 4-5 ਦਿਨ ਤਿਆਰ ਹੋ ਜਾਂਦਾ, ਸਰਦੀਆਂ ਦੇ ਵਿੱਚ 10 ਕੁ ਦਿਨ ਲੈ ਜਾਂਦਾ ਹੈਗਾ, ਠੀਕ, ਗਰੋਥ ਲੇਟ ਹੁੰਦੀ ਹੈਗੀ ਕਿਉਂਕਿ ਬੈਕਟੀਰੀਆ ਨੂੰ ਥੋੜ੍ਹੀ ਜਿਹੀ ਹੀਟ ਦੀ ਜ਼ਰੂਰਤ ਹੁੰਦੀ ਹੈ, ਠੀਕ ਹੈ, ਅਤੇ ਕੋਈ ਇਹਦੀ ਐਕਸਪਾਇਰੀ ਡੇਟ ਨਹੀਂ ਹੈਗੀ। 1 ਵਾਰ ਤਿਆਰ ਤੁਸੀਂ ਕਰੋ, ਜੇ ਕੋਈ ਮੇਰੇ ਜ਼ਿਮੀਦਾਰ ਭਰਾ ਨੇੜੇ ਤੇੜੇ ਹੈਗਾ ਤਾਂ ਉਹ ਮੇਰੇ ਤੋਂ ਫ੍ਰੀ ਪਾਓ ਕੋਸਟ ਲੈ ਸਕਦਾ ਹੈਗਾ ਜਦ ਮਰਜ਼ੀ। ਅਤੇ ਇੱਕ ਗੱਲ ਹੋਰ ਵੀ, ਕਈ ਵਾਰ ਮਾਤਰਾ ਦਾ ਵੀ ਖਿਆਲ ਰੱਖਣਾ ਪੈਂਦਾ ਆਪਾਂ ਨੂੰ, ਮੰਨ ਲਓ 1 ਕੁਇੰਟਲ ਗੋਹਾ ਹੈ ਤਾਂ ਉਹਦੇ ਵਿੱਚ ਆਪਾਂ ਕਿੰਨਾ ਡੀਕੰਪੋਜ਼ਰ ਪਾਉਣਾ? ਜੇ ਮੰਨ ਲਓ 1 ਕੁਇੰਟਲ ਗੋਹਾ ਉਹਦੇ ਵਿੱਚ 5-7 ਲੀਟਰ ਬਹੁਤ ਹੈ ਜੀ, ਬਹੁਤ ਹੈ। ਇਹਦੇ ਨਾਲ ਤੁਸੀਂ ਸਵਾਹ ਵੀ ਰੱਖੀ ਹੋਈ ਹੈ, ਇਹ ਵੀ ਨਾਲ? ਹਾਂ, ਇਹ ਸਵਾਹ ਵੀ ਰੱਖੀ ਹੋਈ ਹੈ ਜੀ ਇਕੱਠੀ ਕਰਕੇ। ਇਹ ਸਵਾਹ ਸੀਗੀ ਜੀ ਆਪਣੀ, ਮੇਰੇ ਚਾਚਾ ਜੀ ਦੀ ਕਲਾੜੀ ਚੱਲਦੀ ਸੀ, ਅੱਛਾ, ਉਹ ਇਹਨੂੰ ਵੇਸਟ ਕਰ ਦਿੰਦੇ ਤੇ, ਠੀਕ, ਵੈਸੀ ਪਈ ਆ ਸਿੱਟੀ ਰਹਿਣ ਦੇ ਦੀ ਸੀ, ਤੇ ਮੇਰੀ ਇੱਕ ਦਿਨ ਨਿਗਾਹ ਪੈ ਗਈ ਤੇ ਮੈਂ ਉਹਨਾਂ ਨੂੰ ਕਿਹਾ ਵੀ ਇਹ ਕੀ ਕਰਨੀ ਹੈ ਵੀ, ਉਹ ਕਹਿੰਦੇ ਪਈ ਹੈ ਜੀ। ਮੈਂ ਕਿਹਾ ਕੋਈ ਗੱਲ ਨਹੀਂ, ਪਈ ਹੈ ਤਾਂ ਮੈਂ ਲੈ ਕੇ ਆਉਂਦਾ ਇਹਨੂੰ, ਇਹ ਤੋਂ ਵੀ ਆਪਾਂ ਕੰਮ ਲਵਾਂਗੇ ਜੀ। ਇਹ ਬਹੁਤ ਵਧੀਆ, ਇਹ ਵੀ ਇੱਕ ਡਾਈ ਹੈ ਜੀ ਜੀ, ਸਾਰੇ ਤੱਤ ਹੈਗੇ ਨੇ ਇਹਦੇ। ਤੇ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ, ਸਮਾਂ ਕੱਢਿਆ ਗਰਮੀ ਦੇ ਵਿੱਚ ਤੁਸੀਂ, ਤੇ ਕਾਫੀ ਸਾਂਝ ਪਾਈ।
ਤੇ ਸਾਰੇ ਦਰਸ਼ਕਾਂ ਨੂੰ ਹੋਰ ਵੀ ਦੱਸ ਦਈਏ ਕਿ ਹੋਰ ਜੇਕਰ ਤੁਸੀਂ ਜਾਣਕਾਰੀ ਲੈਣੀ ਹੈ ਤਾਂ ਨਰਿੰਦਰ ਨੇਟੀ ਜੀ ਦੇ ਵੀਰ ਜੀ ਦਾ ਨੰਬਰ ਆਪਾਂ ਨੇ ਦਿੱਤਾ ਹੋਇਆ, ਤੁਸੀਂ ਇਹਨਾਂ ਨੂੰ ਫੋਨ ਕਰਕੇ ਜਿਹੜੀ ਗੱਲਬਾਤ ਕਰ ਸਕਦੇ ਹੋ ਤੇ ਉਮੀਦ ਕਰਦੇ ਹਾਂ ਕਿ ਗੱਲਬਾਤ ਜਿਹੜੀ ਆ ਜਾਣਕਾਰੀ ਤੁਹਾਨੂੰ ਮਿਲੀ ਹੋਊਗੀ ਤੇ ਹੋਰ ਕਿਸੇ ਤਰੀਕੇ ਦੀ ਡੀਕੰਪੋਜ਼ਰ ਦੇ ਰਿਲੇਟਡ ਜਾਂ ਹੋਰ ਫਸਲਵਾੜੀ ਦੇ ਜਿਹੜੀ ਗੱਲ ਸਾਡੇ ਤੋਂ ਨਹੀਂ ਹੋ ਚੁੱਕੀ ਤਾਂ ਤੁਸੀਂ ਕਮੈਂਟ ਕਰ ਸਕਦੇ ਹੋ, ਪੁੱਛ ਸਕਦੇ ਹੋ ਤੇ ਉਹਨੂੰ ਥੋੜ੍ਹਾ ਜਵਾਬ ਤੁਹਾਨੂੰ ਦਿੱਤਾ ਜਾਊਗਾ ਤੇ ਜਾਂ ਤੁਸੀਂ ਨੰਬਰ ਲੈ ਕੇ ਨਾਲ ਗੱਲਬਾਤ ਕਰ ਸਕਦੇ ਹੋ ਤੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਤੇ ਨਾਲ ਦੀ ਨਾਲ ਬੇਨਤੀ ਕਰਨਾ ਕਿ ਸਾਡਾ ਮੇਰਾ ਜਿਹੜਾ ਪੇਜ ਹੈ ਉਹਨੂੰ ਵੀ ਤੁਸੀਂ ਜ਼ਰੂਰ ਸਬਸਕ੍ਰਾਈਬ ਕਰੋ ਅਤੇ ਵੱਧ ਤੋਂ ਵੱਧ ਸ਼ੇਅਰ ਕਰੋ। ਧੰਨਵਾਦ ਤੇ ਨਰਿੰਦਰ ਜੀ ਬਹੁਤ ਬਹੁਤ ਤੁਹਾਡਾ ਵੀ ਧੰਨਵਾਦ ਜੀ। ਸਤਿ ਸ਼੍ਰੀ ਅਕਾਲ।